ਤਾਂ ਮੂਸੇ ਵਾਲੇ ਦੇ ਗਾਣੇ ਦੇ ਨਾਲ ਨਾਲ ਇੱਕ ਹੋਰ ਖੁਸ਼ਖਬਰੀ ਹੈ ਫੈਨਸ ਦੇ ਲਈ। ਸਪੈਸ਼ਲ ਗਿਫਟ ਦਿੱਤਾ ਹੈ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ। ਮੂਸੇ ਵਾਲੇ ਦਾ ਸੁਪਨਾ ਪੂਰਾ ਹੋਇਆ ਹੈ ਅੱਜ 2 ਸਾਲ ਬਾਅਦ। ਤਾਂ ਦੱਸ ਦਈਏ ਕਿ ਸਿੱਧੂ ਮੂਸੇ ਵਾਲੇ ਦਾ ਸੁਪਨਾ ਅੱਜ ਪੂਰਾ ਹੋਇਆ ਹੈ। ਮੂਸੇ ਪਿੰਡ ਦੇ ਵਿੱਚ ਸਟੇਡੀਅਮ ਬਣਿਆ ਹੈ। ਸਿੱਧੂ ਮੂਸੇ ਵਾਲੇ ਦਾ ਇਹ ਬਚਪਨ ਦਾ ਸੁਪਨਾ ਸੀ ਕਿ ਉਹ ਆਪਣੇ ਪਿੰਡ ਦੀ ਨੁਹਾਰ ਬਦਲੇ ਤਾਂ ਇੱਕ ਇੰਟਰਨੈਸ਼ਨਲ ਸਟੇਡੀਅਮ ਸਿੱਧੂ ਮੂਸੇ ਵਾਲੇ ਦੀ ਯਾਦ ਦੇ ਵਿੱਚ ਪਿਤਾ ਬਲਕੌਰ ਸਿੰਘ ਦੇ ਵੱਲੋਂ ਬਣਵਾਇਆ ਗਿਆ ਹੈ। ਤਾਂ ਦੱਸ ਦਈਏ ਕਿ ਇੱਕ ਦਿਨ ਇਸ ਦੇ ਵਿੱਚ ਇੰਟਰਨੈਸ਼ਨਲ ਕਬੱਡੀ ਮੈਚ ਵੀ ਖੇਡਿਆ ਜਾਵੇਗਾ ਅਤੇ ਅੱਜ ਇੱਕ ਮੈਚ ਖਿਡਵਾ ਕੇ ਸ਼ੁਰੂਆਤ ਵੀ ਇਸ ਇੰਟਰਨੈਸ਼ਨਲ ਸਟੇਡੀਅਮ ਦੀ ਕਰ ਦਿੱਤੀ ਗਈ ਹੈ। ਆਓ ਪਿਤਾ ਬਲਕੌਰ ਸਿੰਘ ਦਾ ਕੀ ਕਹਿਣਾ ਹੈ, ਗਾਣੇ ਲਵੇ ਕੀ ਕਹਿ ਰਹੇ ਨੇ ਅਤੇ ਸਟੇਡੀਅਮ ਦੇ ਲਈ ਕੀ ਕਹਿ ਰਹੇ ਨੇ ਸੁਣਦੇ। ਬਿਲਕੁਲ, ਜੇ ਅਸੀਂ ਸ਼ੁਰੂ ਤੋਂ ਮਤਲਬ ਗੱਲ ਕਰਦੇ ਹਾਂ ਤਾਂ ਇਹ ਸੁਪਨਾ ਸ਼ੁਭਦੀਪ ਦਾ ਹੀ ਸੀਗਾ, ਕਿਉਂਕਿ ਉਸ ਸਮੇਂ ਦੇ ਉੱਤੇ ਜਿਹੜੀ ਜਗ੍ਹਾ 'ਤੇ ਆਪਾਂ ਬੈਠੇ ਹਾਂ ਇਹ ਠੇਕੇ 'ਤੇ ਲੱਗ ਰਹੀ ਸੀਗੀ ਅਤੇ ਅਸੀਂ ਇਹਨੂੰ ਵਿਹਲਾ ਕਰਾਉਣ ਲਈ ਵੀ ਪੰਚਾਇਤ ਨੇ ਕਾਫੀ ਸੰਘਰਸ਼ ਲੜਿਆ ਤਾਂ ਬੜੀ ਮੁਸ਼ਕਲ ਨਾਲ ਗਰਾਊਂਡ ਵਿਹਲਾ ਕਰਾਇਆ। ਫਿਰ ਇਹ ਕਾਫੀ ਭਰਤ ਪਈ ਹੈ। ਮਤਲਬ ਸ਼ੁਭਦੀਪ ਦਾ ਸੁਪਨਾ ਸੀ ਵੀ ਪਾਪਾ ਇਹਨੂੰ ਤਿਆਰ ਕਰੋ ਅਤੇ ਆਪਾਂ ਇੱਕ ਅੰਤਰਰਾਸ਼ਟਰੀ ਮੈਚ ਕਰਾਵਾਂਗੇ ਵੱਡੀਆਂ ਵੱਡੀਆਂ ਕਲੱਬਾਂ ਦਾ। ਤਾਂ ਉਹ ਇੱਕ ਵਿਸ਼ਵ ਪੱਧਰੀ ਟੂਰਨਾਮੈਂਟ ਕਰਾਉਣ ਦੀ ਸਕੀਮ ਸੀਗੀ, ਪਰੰਤੂ ਜਦੋਂ ਤੋਂ ਸਾਡਾ ਮਤਲਬ ਸਮਾਂ ਸ਼ੁਰੂ ਹੋਇਆ ਕਰੋਨਾ ਆ ਗਿਆ, 1.5-2 ਸਾਲ ਕਰੋਨਾ ਖਤਮ ਕਰ ਗਿਆ ਤਾਂ ਸਾਡੀ ਜਿਹੜੀ ਇਹਦੀ ਡਿਵੈਲਪਮੈਂਟ ਦਾ ਕੰਮ ਸੀਗਾ ਸਾਰਾ ਉਹ ਅਧੂਰਾ ਰਹਿ ਗਿਆ। ਤੁਸੀਂ ਦੇਖੋ ਪੈਸੇ ਸਾਡੇ ਕੋਲ ਹਲੇ ਵੀ 4-5 ਲੱਖ ਰੁਪਈਆ ਬੈਲੈਂਸ ਪਿਆ ਹੈ, ਪਰੰਤੂ ਸਾਡੀ ਛੱਤ ਜਿਹੜੀ ਇਹਦੀ ਸਟੇਡੀਅਮ ਦੀ ਪੈਣ ਵਾਲੀ ਬਾਕੀ ਪਈ ਹੈ। ਤਾਂ ਅਸੀਂ ਹੁਣ ਕੋਸ਼ਿਸ਼ ਸਾਡੀ ਇਹੀ ਹੈ ਵੀ ਚੋਣ ਜਾਬਤਾ ਖਤਮ ਹੁੰਦੇ ਹੀ ਅਸੀਂ ਇਹਦਾ ਦੁਬਾਰਾ ਤੋਂ ਜੋ ਬਾਕੀ ਰਹਿੰਦਾ ਕੰਮ ਉਹਨੂੰ ਸਟਾਰਟ ਕਰਾਂਗੇ। ਤਾਂ ਅਗਲੇ ਸਾਲ ਤੋਂ ਤੁਸੀਂ ਇੱਕ ਵਧੀਆ ਹੋਰ ਵੀ ਮਤਲਬ ਜਿਸ ਤਰ੍ਹਾਂ ਹੁਣ ਇਹਨਾਂ ਨੇ ਉੱਦਮ ਕੀਤੇ ਖੜਾ ਕੰਮ ਰੋਕਿਆ, ਮੈਂ ਬੜਾ ਇਹਨਾਂ ਦਾ ਧੰਨਵਾਦ ਕਰਦਾ। ਮੈਨੂੰ ਬੜਾ ਸਕੂਨ ਮਿਲਿਆ ਇੱਥੇ ਆ ਕੇ, ਕਮ ਸੇ ਕਮ ਅਸੀਂ ਉਸ ਰਸਤੇ ਤਾਂ ਪਏ ਹਾਂ ਜਿਹੜਾ ਸੁਪਨਾ ਕਦੇ ਪੁੱਤ ਸੋਚ ਕੇ ਗਿਆ ਸੀ ਇੱਥੋਂ। ਤਾਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਵਧੀਆ ਵਧੀਆ ਟੀਮਾਂ, ਵਧੀਆ ਟੀਮ ਤਾਂ ਮੈਂ ਆ ਜਾ 38 ਬੇਟ ਏ ਸੀ ਨੂੰ ਮੰਨਦਾ, ਕਿਉਂਕਿ ਅਸੀਂ ਬਚਪਨ ਨੂੰ ਸੇਧ ਦੇਣੀ ਹੈ। ਵੈਸੇ ਵੀ ਸਾਡੀ ਮਾਂ ਖੇਡ ਕਬੱਡੀ ਹੈ, ਇਹਦੇ ਉੱਤੇ ਕਾਫੀ ਜਿਹੜੇ ਮੈਂ ਕਹਾਂ ਵੀ ਕਾਲੇ ਬੱਦਲ ਹੈ ਜਿਹੜੇ ਉਹ ਮੰਡਰਾ ਰਹੇ ਨੇ, ਅਸੀਂ ਉਹਨਾਂ ਨਜ਼ਰਾਂ ਤੋਂ ਵੀ ਇਹਨੂੰ ਬਚਾ ਕੇ ਰੱਖਣਾ ਔਰ ਅਸੀਂ ਆਪਣੇ ਬਚਪਨ ਨੂੰ ਆਪਣੀ ਜਵਾਨੀ ਨੂੰ ਸਹੀ ਦਿਸ਼ਾ ਦੇਣੀ ਹੈ। ਤਾਂ ਮੈਂ ਰੱਖਿਆ ਫਿਰ ਉਹਦੇ ਲਈ ਗਰਾਊਂਡ ਵਰਗੀ ਲੰਚਿਕ ਪੈਡ ਕੋਈ ਨਹੀਂ ਹੋ ਸਕਦੀ। ਤਾਂ ਸਾਡੀਆਂ ਅਗਲੀਆਂ ਪੰਚਾਇਤ ਦੀਆਂ ਜਿਹੜੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਹੋਣਗੀਆਂ ਤਾਂ ਸਾਡੇ ਯੂਥ ਨੂੰ ਗਰਾਊਂਡ ਵਿੱਚ ਲੈ ਕੇ ਆਉਣ ਵੱਲ, ਉਹਨਾਂ ਨੂੰ ਇੱਥੇ ਖੇਡਾਂ ਦੇ ਵਿੱਚ ਬਿਜ਼ੀ ਕਰਨਾ ਸਾਡੀ ਜਿਹੜੀ ਹੈ ਮੇਨ ਰੁਝੇਵਾਂ ਹੋਊਗਾ ਸਾਡਾ। ਤਾਂ ਮੂਸੇ ਵਾਲੇ ਦੇ ਗਾਣੇ ਦੇ ਨਾਲ ਨਾਲ ਇੱਕ ਹੋਰ ਖੁਸ਼ਖਬਰੀ ਹੈ ਫੈਨਸ ਦੇ ਲਈ। ਸਪੈਸ਼ਲ ਗਿਫਟ ਦਿੱਤਾ ਹੈ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ। ਮੂਸੇ ਵਾਲੇ ਦਾ ਸੁਪਨਾ ਪੂਰਾ ਹੋਇਆ ਹੈ ਅੱਜ 2 ਸਾਲ ਬਾਅਦ। ਤਾਂ ਦੱਸ ਦਈਏ ਕਿ ਸਿੱਧੂ ਮੂਸੇ ਵਾਲੇ ਦਾ ਸੁਪਨਾ ਅੱਜ ਪੂਰਾ ਹੋਇਆ ਹੈ। ਮੂਸੇ ਪਿੰਡ ਦੇ ਵਿੱਚ ਸਟੇਡੀਅਮ ਬਣਿਆ ਹੈ। ਸਿੱਧੂ ਮੂਸੇ ਵਾਲੇ ਦਾ ਇਹ ਬਚਪਨ ਦਾ ਸੁਪਨਾ ਸੀ ਕਿ ਉਹ ਆਪਣੇ ਪਿੰਡ ਦੀ ਨੁਹਾਰ ਬਦਲੇ ਤਾਂ ਇੱਕ ਇੰਟਰਨੈਸ਼ਨਲ ਸਟੇਡੀਅਮ ਸਿੱਧੂ ਮੂਸੇ ਵਾਲੇ ਦੀ ਯਾਦ ਦੇ ਵਿੱਚ ਪਿਤਾ ਬਲਕੌਰ ਸਿੰਘ ਦੇ ਵੱਲੋਂ ਬਣਵਾਇਆ ਗਿਆ ਹੈ। ਤਾਂ ਦੱਸ ਦਈਏ ਕਿ ਇੱਕ ਦਿਨ ਇਸ ਦੇ ਵਿੱਚ ਇੰਟਰਨੈਸ਼ਨਲ ਕਬੱਡੀ ਮੈਚ ਵੀ ਖੇਡਿਆ ਜਾਵੇਗਾ ਅਤੇ ਅੱਜ ਇੱਕ ਮੈਚ ਖਿਡਵਾ ਕੇ ਸ਼ੁਰੂਆਤ ਵੀ ਇਸ ਇੰਟਰਨੈਸ਼ਨਲ ਸਟੇਡੀਅਮ ਦੀ ਕਰ ਦਿੱਤੀ ਗਈ ਹੈ। ਆਓ ਪਿਤਾ ਬਲਕੌਰ ਸਿੰਘ ਦਾ ਕੀ ਕਹਿਣਾ ਹੈ, ਗਾਣੇ ਲਵੇ ਕੀ ਕਹਿ ਰਹੇ ਨੇ ਅਤੇ ਸਟੇਡੀਅਮ ਦੇ ਲਈ ਕੀ ਕਹਿ ਰਹੇ ਨੇ ਸੁਣਦੇ। ਬਿਲਕੁਲ, ਜੇ ਅਸੀਂ ਸ਼ੁਰੂ ਤੋਂ ਮਤਲਬ ਗੱਲ ਕਰਦੇ ਹਾਂ ਤਾਂ ਇਹ ਸੁਪਨਾ ਸ਼ੁਭਦੀਪ ਦਾ ਹੀ ਸੀਗਾ,
ਕਿਉਂਕਿ ਉਸ ਸਮੇਂ ਦੇ ਉੱਤੇ ਜਿੱਥੇ ਜਿਹੜੀ ਜਗ੍ਹਾ 'ਤੇ ਆਪਾਂ ਬੈਠੇ ਹਾਂ ਇਹ ਠੇਕੇ 'ਤੇ ਲੱਗ ਰਹੀ ਸੀਗੀ ਅਤੇ ਅਸੀਂ ਇਹਨੂੰ ਵਿਹਲਾ ਕਰਾਉਣ ਲਈ ਵੀ ਪੰਚਾਇਤ ਨੇ ਕਾਫੀ ਸੰਘਰਸ਼ ਲੜਿਆ ਤਾਂ ਬੜੀ ਮੁਸ਼ਕਿਲ ਨਾਲ ਗਰਾਊਂਡ ਵਿਹਲਾ ਕਰਾਇਆ ਫਿਰ ਇਹ 'ਚ ਕਾਫੀ ਭਰਤ ਪਈ ਹੈ ਮਤਲਬ ਸ਼ੁਭਦੀਪ ਦਾ ਸੁਪਨਾ ਸੀ ਵੀ ਪਾਪਾ ਇਹਨੂੰ ਤਿਆਰ ਕਰੋ ਅਤੇ ਆਪਾਂ ਇੱਕ ਅੰਤਰਰਾਸ਼ਟਰੀ ਮੈਚ ਕਰਾਵਾਂਗੇ ਵੱਡੀਆਂ ਵੱਡੀਆਂ ਕਲੱਬਾਂ ਦਾ ਤਾਂ ਉਹ ਇੱਕ ਵਿਸ਼ਵ ਪੱਧਰੀ ਟੂਰਨਾਮੈਂਟ ਕਰਾਉਣ ਦੀ ਸਕੀਮ ਸੀਗੀ ਪਰੰਤੂ ਜਦੋਂ ਤੋਂ ਸਾਡਾ ਮਤਲਬ ਸਮਾਂ ਸ਼ੁਰੂ ਹੋਇਆ ਕਰੋਨਾ ਆ ਗਿਆ ਡੇਢ ਦੋ ਸਾਲ ਕਰੋਨਾ ਖਤਮ ਕਰ ਗਿਆ ਤਾਂ ਸਾਡੇ ਜਿਹੜੀ ਇਹਦੀ ਡਿਵੈਲਪਮੈਂਟ ਦਾ ਕੰਮ ਸੀਗਾ ਸਾਰਾ ਉਹ ਅਧੂਰਾ ਰਹਿ ਗਿਆ ਤੁਸੀਂ ਦੇਖੋ ਪੈਸੇ ਸਾਡੇ ਕੋਲ ਹਲੇ ਵੀ 4-5 ਲੱਖ ਰੁਪਇਆ ਬੈਲੈਂਸ ਪਿਆ ਹੈ ਪਰੰਤੂ ਸਾਡੀ ਛੱਤ ਜਿਹੜੀ ਇਹਦੀ ਸਟੇਡੀਅਮ ਦੀ ਪੈਣ ਵਾਲੀ ਬਾਕੀ ਪਈ ਹੈ ਤਾਂ ਅਸੀਂ ਹੁਣ ਕੋਸ਼ਿਸ਼ ਸਾਡੀ ਇਹੀ ਹੈ ਵੀ ਚੋਣ ਜਾਬਤਾ ਖਤਮ ਹੁੰਦੇ ਹੀ ਅਸੀਂ ਇਹਦਾ ਦੁਬਾਰਾ ਤੋਂ ਜੋ ਬਾਕੀ ਰਹਿੰਦਾ ਕੰਮ ਉਹਨੂੰ ਸਟਾਰਟ ਕਰਾਂਗੇ ਤਾਂ ਅਗਲੇ ਸਾਲ ਤੋਂ ਤੁਸੀਂ ਇੱਕ ਵਧੀਆ ਹੋਰ ਵੀ ਮਤਲਬ ਜਿਸ ਤਰ੍ਹਾਂ ਹੁਣ ਇਹਨਾਂ ਨੇ ਉੱਦਮ ਕੀਤੇ ਖੜ੍ਹਾ ਕੰਮ ਰੋਕਿਆ ਮੈਂ ਬੜਾ ਇਹਨਾਂ ਦਾ ਧੰਨਵਾਦ ਕਰਦਾ ਮੈਨੂੰ ਬੜਾ ਸਕੂਨ ਮਿਲਿਆ ਇੱਥੇ ਆ ਕੇ ਕਮ ਸੇ ਕਮ ਅਸੀਂ ਉਸ ਰਸਤੇ ਤਾਂ ਪਏ ਹਾਂ ਜਿਹੜਾ ਸੁਪਨਾ ਕਦੇ ਪੁੱਤ ਸੋਚ ਕੇ ਗਿਆ ਸੀ ਇੱਥੋਂ ਤਾਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਵਧੀਆ ਵਧੀਆ ਟੀਮਾਂ ਵਧੀਆ ਟੀਮ ਤਾਂ ਮੈਂ ਆਜ 38 ਬੇਟੇ ਇਸੇ ਨੂੰ ਮੰਨਦਾ ਕਿਉਂਕਿ ਅਸੀਂ ਬਚਪਨ ਨੂੰ ਸੇਧ ਦੇਣੀ ਹੈ ਵੈਸੇ ਵੀ ਸਾਡੀ ਮਾਂ ਖੇਡ ਕਬੱਡੀ ਹੈ ਇਹਦੇ ਉੱਤੇ ਕਾਫੀ ਜਿਹੜੇ ਮੈਂ ਕਹਾਂ ਵੀ ਕਾਲੇ ਬੱਦਲ ਹੈ ਜਿਹੜੇ ਉਹ ਮੰਡਰਾ ਰਹੇ ਨੇ ਅਸੀਂ ਉਹਨਾਂ ਨਜ਼ਰਾਂ ਤੋਂ ਵੀ ਇਹਨੂੰ ਬਚਾ ਕੇ ਰੱਖਣਾ ਔਰ ਅਸੀਂ ਆਪਣੇ ਬਚਪਨ ਨੂੰ ਆਪਣੀ ਜਵਾਨੀ ਨੂੰ ਸਹੀ ਦਿਸ਼ਾ ਦੇਣੀ ਹੈ ਤਾਂ ਮੈਂ ਰੱਖਿਆ ਫਿਰ ਉਹਦੇ ਲਈ ਗਰਾਊਂਡ ਵਰਗੀ ਲਾਂਚਿੰਗ ਪੈਡ ਕੋਈ ਨਹੀਂ ਹੋ ਸਕਦੀ ਤਾਂ ਸਾਡੀਆਂ ਅਗਲੀਆਂ ਪੰਚਾਇਤ ਦੀਆਂ ਜਿਹੜੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਹੋਣਗੀਆਂ ਤਾਂ ਸਾਡੇ ਯੂਥ ਨੂੰ ਗਰਾਊਂਡ ਵਿੱਚ ਲੈ ਕੇ ਆਉਣ ਵੱਲ ਉਹਨਾਂ ਨੂੰ ਇੱਥੇ ਖੇਡਾਂ ਦੇ ਵਿੱਚ ਬਿਜ਼ੀ ਕਰਨਾ ਸਾਡੀ ਜਿਹੜੀ ਹੈ ਮੇਨ ਰੁਝੇਵਾਂ ਹੋਊਗਾ ਸਾਡਾ।